पिछे पिछे आंदा मेरे चाल वेंदा आई, पिछे पिछे आंदा मेरे चाल वेंदा आई, चिर वाले आ वेखदा आई वे, मेरा लौंग वाचा निगाह मारदा आई वे, मेरा लौंग वाचा। ये सब तो छोटी सी, इस दे नाल मेरा ज्यादा प्यार सी। और ਵੱਡੀਆਂ ਤਾਂ ਉਹਨਾਂ ਦੀ ਮੈਰਿਜ ਹੋਈ, ਮੈਂ ਕੈਨੇਡਾ ਦੇ ਵਿੱਚ ਰਹਿੰਦੀ ਹਾਂ, ਉਹਨਾਂ ਦੀ ਮੈਰਿਜ 'ਤੇ ਮੈਂ ਨਹੀਂ ਆਈ। ਬਟ ਇਸ ਦੀ ਮੈਰਿਜ 'ਤੇ ਮੈਂ ਸਭ ਨੂੰ ਕਿਹਾ ਕਿ ਮੈਂ ਮੇਰੇ ਕੋਲੋਂ ਨਹੀਂ ਆ ਹੋਣਾ, ਮੈਨੂੰ ਛੁੱਟੀ ਨਹੀਂ ਆ। ਬਟ ਮੈਂ ਇਹਨਾਂ ਨੂੰ ਸਰਪ੍ਰਾਈਜ਼ ਦਿੱਤਾ, ਮੇਰਾ ਸਰਪ੍ਰਾਈਜ਼ ਕਾਮਯਾਬ ਰਿਹਾ ਅਤੇ ਖੁਸ਼ੀ ਦੇ ਆਂਸੂ ਸੀ ਸਾਰਿਆਂ ਦੇ ਅੱਖਾਂ ਦੇ ਵਿੱਚ ਜਦੋਂ ਮੈਨੂੰ ਉਹਨਾਂ ਨੇ ਰਿਸੀਵ ਕੀਤਾ, ਜਦ ਮੈਂ ਇਹਨਾਂ ਦੇ ਘਰ ਗਈ, ਇਹਨਾਂ ਨੂੰ ਸਰਪ੍ਰਾਈਜ਼। ਸ਼ੀ ਇਜ਼ ਵੈਰੀ ਕੇਅਰਿੰਗ, ਸੈਂਸਿਟਿਵ ਬਾਏ ਹਾਰਟ। ਬਹੁਤ ਜ਼ਿਆਦਾ ਇੱਦਾਂ ਦੀਆਂ ਚੀਜ਼ਾਂ ਵੀ ਹੈਗੀਆਂ ਨੇ, ਮਤਲਬ ਜੇ ਆਪਾਂ ਲੜਦੇ ਵੀ ਨੇ ਬਾਅਦ 'ਚੋਂ ਰਿਲਾਈਜ਼ ਹੁੰਦਾ ਕਿ ਨਹੀਂ ਮੇਰੀ ਸ਼ਾਇਦ ਗਲਤੀ ਸੀਗੀ ਜਾਂ ਦੀਦੀ ਗਲਤੀ ਸੀ, ਆਪਾਂ ਇੱਦਾਂ ਨਹੀਂ ਕਿ ਦੂਜੇ ਨੂੰ ਬੁਲਾਉਣਾ ਨਹੀਂ ਇੱਦਾਂ। ਹਾਂ ਸਾਨੂੰ ਪਤਾ ਜਿੱਦਾਂ ਹੀ ਟਾਈਮ ਨਿਕਲੇਗਾ, ਓਕੇ ਸਾਨੂੰ ਪਤਾ ਆ, ਆਪਾਂ ਰਹਿ ਤਾਂ ਸਕਦੇ ਨਹੀਂ ਯਾਰ, ਮੇਰੀ ਰੀਅਲ ਸਿਸਟਰ ਹੋਇਆ, ਆਪਾਂ ਬੁਲਾਏ ਤਾਂ ਬਿਨਾਂ ਰਹਿ ਨਹੀਂ ਸਕਦੇ। ਸੋ ਐਜ਼ ਅ ਬ੍ਰਦਰ ਐਂਡ ਸਿਸਟਰ ਵੀ ਸ਼ੇਅਰ ਲੋਟ ਆਫ ਥਿੰਗਸ। ਠੀਕ ਹੈ, ਬਟ ਅ ਗ੍ਰੇਟ ਪਰਸਨੈਲਿਟੀ। ਮੈਂ ਹਜੇ ਮੇਰੇ ਖਿਆਲ ਨਾਲ ਅੱਜ ਪਹਿਲੀ ਵਾਰ ਮਿਲਿਆ ਹਾਂ, ਬਟ ਐਂ ਲੱਗਦਾ ਜਦੋਂ ਮੈਂ ਸ਼ੁਰੂ ਤੋਂ ਜਾਣਦਾ ਹਾਂ ਉਹਨਾਂ ਦੀ ਜੋੜੀ, ਮਤਲਬ ਬਹੁਤ ਅੱਛਾ ਅਤੇ ਬਹੁਤ ਗੁੱਸਾ ਵੀ ਚੱਲਦਾ। ਦੀਦੀ ਵੀ ਸੈਂਸਿਟਿਵ ਹੈ, ਜੀਜਾ ਵੀ ਕੇਅਰਿੰਗ ਹੈ, ਦੋਨੋਂ ਬਹੁਤ ਹੀ ਜ਼ਿਆਦਾ, ਮਤਲਬ ਫੁੱਲ ਪੈਕੇਜ ਹੈ ਕਹਿ ਲਓ। ਮੇਰੀ ਜਾਨ ਵੇਂਦਾ ਆਈ, ਚਿਰੇ ਵਾਲੇ ਆ, ਚਿਰੇ ਵਾਲੇ ਆ, ਚਿਰੇ ਵਾਲੇ ਆ ਵੇਖਦਾ ਆਈ ਵੇ। ਬਹੁਤ ਖੁਸ਼ੀ ਹੋਈ ਜਦੋਂ ਮੰਮਾ ਨੇ ਦੱਸਿਆ ਕਿ ਰਿਧੀ ਦੀ ਮੈਰਿਜ ਫਿਕਸ ਹੋ ਗਈ ਹੈ। ਬਹੁਤ ਐਕਸਾਈਟਿਡ ਸੀਗੇ ਅਸੀਂ ਉੱਥੋਂ ਆਉਂਦੇ ਹੀ, ਔਰ ਬਹੁਤ ਇੰਜੋਏ ਕਰ ਰਹੇ ਹਾਂ। ਪ੍ਰਤੀਕ ਨੂੰ ਮਿਲ ਕੇ ਵੀ ਬਹੁਤ ਅੱਛਾ ਲੱਗਿਆ, ਬਹੁਤ ਅੱਛਾ ਲੜਕਾ ਹੈ, ਵੈਰੀ ਨਾਈਸ ਗਾਏ। ਆਈ ਵਿਸ਼ ਦੈਮ ਗੁੱਡ ਲੱਕ, ਬੋਥ ਆਫ ਦੈਮ। ਰਿਧੀ ਤੋਂ ਮੈਂ ਬਹੁਤ ਛੋਟੀ ਸਮਝਦਾ ਸੀ, ਬਟ ਜਦੋਂ ਉਹਦੀ ਮੈਰਿਜ ਦੀ ਮੈਨੂੰ ਪਤਾ ਲੱਗਾ, ਮੈਂ ਸ਼ੋਕ ਹੋ ਗਿਆ ਕਿ ਰਿਧੀ ਮੈਰਿਜ, ਮਤਲਬ ਇਸ ਟਾਈਮ ਉਸਦੀ ਏਜ ਹੋ ਗਈ ਹੈ ਕਿ ਮੈਰਿਜ 'ਤੇ, ਉਹ ਮੈਰਿਜ ਉਹਦੀ ਹੋ ਰਹੀ ਆ। ਤੋ ਬਟ ਬਿਊਟੀਫੁਲ, ਪਤਾ ਨਹੀਂ ਚੱਲਦਾ, ਅਸੀਂ ਤਾਂ ਬੱਚੇ ਨਿੱਕੇ ਨਿੱਕੇ ਦੇਖੇ ਸੀ, ਬਟ ਬਿਊਟੀਫੁਲ। ਮੇਰੀ ਬੜੀ ਬੇਟੀ ਬਹੁਤ ਖੁਸ਼ ਆ, ਮੈਨੂੰ ਉਸੇ ਤਰ੍ਹਾਂ ਦਾ ਘਰ ਪਰਿਵਾਰ ਮਿਲਦਾ, ਔਰ ਮੇਰੀ ਖਾਹਿਸ਼ ਬਹੁਤ ਵਧੀਆ ਪੂਰੀ ਹੋਈ ਹੈ। ਔਰ ਬੜੀ ਬੇਟੀ ਦੇ ਇਨਲਾਜ਼ ਨੇ ਇੱਕ ਲੜਕਾ ਦੇਖਿਆ, ਔਰ ਛੋਟਾ ਔਰ ਬੜਾ ਲੜਕਾ, ਦੋਨੋਂ ਇੱਕ ਬੜੇ, ਬਹੁਤ ਬੜੀਆ, ਬਹੁਤ ਖੁਸ਼। We were burning on the edge of something beautiful, something beautiful. Actually, Prateek ka jo biodata tha, wo mere paas bahut logon se filter ho ke aaya. So I was very sure ki haan, jiska bhi filter ho ke aa raha hai, so he will be very nice. Aur jab maine photos dekhi, maine first picture dekhi, second picture dekhi, and I was okay, mujhe ladka pasand hai, aap aage baat kar lo. Father came in and he told me, okay, rishta hai aur badi bade sare gune milte hain, aur kundli wundli mil gayi hai, aur bhai ye to done hai. And I was like, okay, baith jao, time lo, hai kaun, mere ko photo mein dikhao, kiski baat ho rahi hai, kiski nahi ho rahi hai. So later on hum logo ki families interact kar rahe hain, sabne, sab log mile, ek dusre se humne sabne baat kari, and main Rithi se baat kari maine, aur Rithi se maine baat karne ke baad mujhe laga ki jaisi ladki main chahta tha, mujhe waisi hi Rithi, bilkul exactly waisi hi hai. He's very gentle, very generous, very kind person, and bahut caring hai, ਬਹੁਤ ਅੱਛੇ ਮੇਰੇ ਤੋਂ ਇਨਫੈਕਟ ਸਾਰੇ ਰਿਲੇਟਿਵਸ ਕਹਿੰਦੇ ਹੋ, ਬਹੁਤ ਸੋਹਣਾ ਮੁੰਡਾ ਅਤੇ ਬਹੁਤ ਬੀਬਾ ਮੁੰਡਾ।
सबको बहुत अच्छा लगा, उसकी फैमिली बहुत अच्छी है, बाकी एक्साइटमेंट बहुत ज़्यादा थी क्योंकि मैं आज पहली बार मिल रही हूँ प्रतीक से. प्रूफ इज रियली नाइस. तुम्हें एक बारी में मेरे को पता लग जाता है इंसान से कि हाँ तुम उसके साथ पूरी जिंदगी बिता सकते हो. सो आई एम ग्लैड एंड आई फील ब्लेस्ड कि रिद्धि मेरी लाइफ में आ रही है एंड आई एम एक्साइटेड. He's actually very smart, fancy, very caring, loving, and I love him. I love the way he is. Yeah, don't you give up, na na na, I won't give up, na na na, let me love you, don't you give up.